ਕਿਸ ਆ ਗਿਆ ਸੀ ਕੈਨੇਡਾ ਦਾ ਐਕਸਾਈਟਡ ਟੂ ਗੋ ਹਾਂਜੀ ਹਾਂਜੀ ਮੈਂ ਬਹੁਤ ਜ਼ਿਆਦਾ ਆ ਲੋ ਜੀ ਮੁਬਾਰਕਾ ਧੰਨਵਾਦ ਸੋ ਕਿਦਾਂ ਦਾ ਲੱਗ ਰਿਹਾ ਸੀ ਬਹੁਤ ਹੀ ਲੱਗ ਰਿਹਾ ਪਤਾ ਕਦੋਂ ਲੱਗਿਆ ਵੀ ਆ ਗਿਆ ਜਦੋਂ ਮੇਲ ਆਈ ਸੀ ਤਾਂ ਮੈਂ ਕਹਿ ਰਿਹਾ ਸੀ ਪਰ ਰਾਤ ਨੂੰ ਚੈੱਕ ਕੀਤੀ ਸਮਾਂ ਤੋਂ ਬਹੁਤ ਸਾਡੇ ਦੇ ਪੂਰੀ ਆਦਮੀ ਨਹੀਂ ਆਈ ਸੀ ਕੋਈ ਆਸ ਤੋਂ ਘੜੇ ਲਈ ਸੀ ਘਰੇ ਮੈਂ ਮਾੜੀਆਂ ਨਾ ਕਰਕੇ ਚਲੋ ਬਹੁਤ ਵਧੀਆ ਸੀ ਸੋ ਘਰ ਦੇ ਸਾਰੇ ਖੁਸ਼ ਨੇ ਹਾਂਜੀ ਹਾਂਜੀ ਸਾਰੇ ਖੁਸ਼ ਨੇ ਤਿਆਰੀ ਹੋ ਗਈ ਚਾਹ ਹਾਂਜੀ ਹਾਂਜੀ ਬਹੁਤ ਬਹੁਤ ਸਾਰੀ ਗੱਲ ਜੀ ਓਕੇ ਕਦੋਂ ਹੁਣ ਮਿਸ ਕਲਾਸ ਤੋਂ ਕਦੋਂ ਸਟਾਰਟ 15 ਜਨਵਰੀ ਤੋਂ ਸਟਾਰਟ 15 ਜਨਵਰੀ ਤੋਂ ਤੇ ਕਿਤਾ ਕੀ ਹੋਇਆ ਜੀ ਅਸਲ ਵਿੱਚ ਇੱਕ ਮਾਸ ਕੀਤੀ ਹੈ 2017 ਪਾਸ ਆਊਟ ਤੋਂ ਕਿੰਨੇ ਪਰਸੈਂਟੇਜ 55% ਸੀ 55% ਯੈਸ ਤੇ ਆਲਸ ਕੋ 6 ਮੈਮ ਤੇ ਲੱਗਦਾ ਸੀ ਵੀਜ਼ਾ ਆ ਜਾਊਗਾ ਚਾਂਸ ਸੀ ਕਿ ਕਿਸੇ ਨੂੰ ਤੇ ਭਰੋਸਾ ਹੀ ਕੋਈ ਰੱਬ ਦੇ ਯਕੀਨ ਸੀ ਕਿ ਆ ਵੀ ਆਊਗਾ ਜੀ ਚਲੋ ਇਦਾਂ ਦਾ ਦੇਖੋ ਬਲੀਵ ਹੋਣਾ ਨਾ ਵਿਸ਼ਵਾਸ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਆਪਣੇ ਆਪ ਤੇ ਕੰਮ ਵੀ ਰਹਿਣ ਦਾ ਨਾ ਤਾਂ ਡੈਫੀਨਿਟਲੀ ਬਾਕੀ ਫਰੈਂਡ ਨੇ ਸਪੋਰਟ ਕੀਤੀ ਸੀ ਆਊ ਤਾਂ ਨਾ ਨਾ ਥੈਂਕਸ ਕਰਕੇ ਵੀ ਕੁਝ ਹੋ ਗਿਆ ਤੇ 55% ਤਾਂ ਨਾ ਦੇ ਯਾਰ ਲੈ ਕੇ ਜਾਓ ਪਤਾ ਕਿਦਾਂ ਲੱਗਿਆ ਲੈਣ ਮੈਂ ਦਾ ਕਣਾ ਮੈਂ ਰਿਲੇਟਿਵ ਚ ਗਏ ਸੀ ਨਾ ਉਹਨਾਂ ਨੇ ਕਿਹਾ ਸੀ ਕਿ ਜਾ ਕੇ ਮੈਂ ਤਾਂ ਆਇਆ ਸੀ ਕੋਈ ਓਕੇ ਸੋ ਇੱਥੇ ਇੱਕ ਦਾ ਦੀਦੀ ਵਗੈਰਾ ਵਧੀਆ ਬਿਲਕੁਲ ਬਹੁਤ ਵਧੀਆ ਹਾਂਜੀ ਮੈਂ ਕੋਈ ਕੰਪਲੇਨ ਨੋ ਪੱਕਾ ਹਾਂਜੀ ਬਾਅਦ ਵਿੱਚ ਨਹੀਂ ਕਹਿਣਾ ਨਾ ਨਾ ਪੱਕਾ ਪੱਕਾ ਜੀ